ਅੱਜ ਆਪਾਂ ਗੱਲ ਕਰਦੇ ਹਾਂ ਕਿ ਮੰਗਲ ਦੋਸ਼ ਕਦੋਂ ਨਹੀਂ ਲੱਗਦਾ ਕੁੰਡਲੀ ਦੇ ਮੁਤਾਬਿਕ। ਪਹਿਲੀ ਗੱਲ ਤਾਂ ਮੰਗਲ ਦੋਸ਼ ਕਦੋਂ ਹੁੰਦਾ ਹੈ? ਜਦੋਂ ਜਨਮ ਕੁੰਡਲੀ ਦੇ ਵਿੱਚ ਮੰਗਲ ਪਹਿਲੇ, ਚੌਥੇ, ਸੱਤਵੇਂ, ਅੱਠਵੇਂ, ਬਾਰਵੇਂ ਘਰ ਦੇ ਵਿੱਚ ਹੁੰਦਾ ਤਾਂ ਮੰਗਲ ਦੋਸ਼ ਹੁੰਦਾ, ਜਿਸ ਕਾਰਨ ਬੜੀਆਂ ਹੀ ਲਾਈਫ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ। ਹੁਣ ਮੰਗਲ ਦੋਸ਼ ਕਦੋਂ ਨਹੀਂ ਹੁੰਦਾ? ਜਦੋਂ ਵੀ ਕੁੰਡਲੀ ਦੇ ਵਿੱਚ ਲਗਨ ਦੇ ਵਿੱਚ ਬੁੱਧ ਅਤੇ ਸ਼ੁੱਕਰ ਦੋਨੇ ਬੈਠੇ ਹੋਣ ਤਦ ਮੰਗਲ ਦੋਸ਼ ਨਹੀਂ ਹੁੰਦਾ। ਫਿਰ ਮੰਗਲ ਜਦੋਂ ਵੀ ਅਨਿਸ਼ਟ ਸਥਾਨ 'ਤੇ ਹੋਵੇ, ਅਨਿਸ਼ਟ ਦਾ ਮਤਲਬ ਜਿੱਦਾਂ ਛੇਵਾਂ ਭਾਵ, ਅੱਠਵਾਂ ਭਾਵ, ਬਾਰਵਾਂ ਭਾਵ, ਅਤੇ ਐਸੀ ਹਾਲਤ ਦੇ ਵਿੱਚ ਅੱਜ ਜਿਹੜਾ ਅਨਿਸ਼ਟ ਸਥਾਨ, ਉਸ ਅਨਿਸ਼ਟ ਸਥਾਨ ਦਾ ਸਵਾਮੀ ਜਿਹੜਾ ਹੈਗਾ ਉਹ ਕੇਂਦਰ ਦੇ ਵਿੱਚ ਅਤੇ ਤ੍ਰਿਕੋਣ ਦੇ ਵਿੱਚ ਦੋਹਾਂ 'ਚੋਂ ਇੱਕ ਦੇ ਵਿੱਚ ਬੈਠਾ ਹੋਵੇ ਤਾਂ ਮੰਗਲ ਦੋਸ਼ ਦਾ ਪ੍ਰਭਾਵ ਨਹੀਂ ਹੁੰਦਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਮੰਗਲ ਜਿਹੜਾ ਹੈਗਾ ਉਹ 28ਵੇਂ ਸਾਲ ਤੋਂ ਬਾਅਦ ਮੰਗਲ ਦੋਸ਼ ਖਤਮ ਹੋ ਜਾਂਦਾ ਹੈ, ਪਰ ਆਮ ਤੌਰ 'ਤੇ ਦੇਖਣ ਨੂੰ ਮਿਲਿਆ ਕਿ ਮੰਗਲ ਦਾ ਮਾੜਾ ਪ੍ਰਭਾਵ ਹਰ ਹਾਲ ਦੇ ਵਿੱਚ ਇਨਸਾਨ ਨੂੰ ਕਸ਼ਟ ਜ਼ਰੂਰ ਦਿੰਦਾ ਹੈ। ਅਸੀਂ ਦੇਖਿਆ ਕਿ 70 ਸਾਲ ਦੀ ਉਮਰ 'ਚ ਵੀ ਪਤੀ ਪਤਨੀ ਮੰਗਲ, ਨੌਨ ਮੰਗਲ ਦੇ ਕਾਰਨ ਜੁੱਤੀਆਂ ਲੈ ਕੇ ਲੜਦੇ ਹੋਏ ਅਸੀਂ ਦੇਖਿਆ ਹੈ। ਕੁਛ ਵਿਦਵਾਨ ਹੈ, ਉਹਨਾਂ ਦਾ ਕਹਿਣਾ ਕਿ ਮੰਗਲ ਅਤੇ ਰਾਹੂ ਜਦੋਂ ਵੀ ਇਹ ਇਕੱਠੇ ਹੁੰਦੇ ਆ ਤਾਂ ਐਸੀ ਹਾਲਤ ਦੇ ਵਿੱਚ ਵੀ ਮੰਗਲ ਦੋਸ਼ ਜਿਹੜਾ ਹੈ ਖਤਮ ਹੋ ਜਾਂਦਾ ਹੈ। ਕੁਛ ਹੋਰ ਵਿਦਵਾਨਾਂ ਦਾ ਕਹਿਣਾ ਕਿ ਮੰਗਲ ਜਦੋਂ ਗੁਰੂ ਦੇ ਨਾਲ ਬੈਠੇ ਹੋਣ, ਬ੍ਰਹਸਪਤੀ ਦੇਵ ਦੇ ਨਾਲ, ਜਾਂ ਬ੍ਰਹਸਪਤੀ ਦੇਵ ਦੀ ਦ੍ਰਿਸ਼ਟੀ ਪੈ ਰਹੀ ਹੋਵੇ ਮੰਗਲ ਦੇ ਉੱਤੇ ਤਾਂ ਵੀ ਮੰਗਲ ਦੋਸ਼ ਖਤਮ ਹੋ ਜਾਂਦਾ ਹੈ। ਲੇਕਿਨ ਰਿਸਰਚ ਤੋਂ, ਪ੍ਰੈਕਟੀਕਲੀ ਐਨਾਲਿਸਿਸ ਤੋਂ ਪਤਾ ਲੱਗਿਆ ਕਿ ਜਦੋਂ ਵੀ ਮੰਗਲ ਗੁਰੂ ਦੀ ਰਾਸ਼ੀ ਦੇ ਵਿੱਚ ਆ ਜਾਂਦੇ ਆ, ਯਾਨੀ ਕਿ ਮੀਨ ਰਾਸ਼ੀ ਦੇ ਵਿੱਚ ਆ ਜਾਂਦੇ ਆ ਜਾਂ ਧਨੂ ਦੇ ਵਿੱਚ ਆ ਜਾਂਦੇ, ਤਾਂ ਮੰਗਲ ਬਹੁਤ ਹੀ ਜ਼ਿਆਦਾ ਕਸ਼ਟਕਾਰਕ ਹੋ ਜਾਂਦਾ ਹੈ। ਅਤੇ ਪਾਪ ਗ੍ਰੰਥ ਮੰਗਲ ਜਦੋਂ ਹੁੰਦਾ ਤਾਂ ਉਹ ਆਪਣਾ ਮਾੜਾ ਪ੍ਰਭਾਵ ਪਾਉਂਦਾ ਹੀ ਪਾਉਂਦਾ ਹੈ। ਫਿਰ ਮੰਗਲ ਦੋਸ਼ ਦੇ ਨਾਲ ਜਾਤਕ ਜਿਹੜੇ ਦੂਸ਼ਿਤ ਹੈਗੇ ਆ, ਉਹਨਾਂ ਦੀ ਜਨਮ ਪੱਤਰੀ ਜਿਹੜੀ ਹੈਗੀ ਹੈ ਉਹ ਹਮੇਸ਼ਾ ਮਿਲਾਨ ਕਰਵਾ ਕੇ ਹੀ, ਮੰਗਲ ਦੋਸ਼ ਦਾ ਉਪਾਅ ਕਰਾ ਕੇ ਹੀ ਵਿਆਹ ਕਰਨਾ ਚਾਹੀਦਾ ਹੈ। ਨਹੀਂ ਤਾਂ ਮੰਗਲ ਦੋਸ਼ ਹਮੇਸ਼ਾ ਮੈਰਿਡ ਲਾਈਫ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਰਾਸ਼ੀਆਂ ਦੇ ਮੁਤਾਬਿਕ ਤਾਂ ਵਰਿਸ਼ਚਿਕ ਰਾਸ਼ੀ ਦੇ ਵਿੱਚ ਮੰਗਲ ਦੋਸ਼ ਦਾ ਬਹੁਤ ਘੱਟ ਅਸਰ ਹੁੰਦਾ ਹੈ, ਲੇਕਿਨ ਮੇਸ਼ ਰਾਸ਼ੀ ਦੇ ਵਿੱਚ ਜਦੋਂ ਮੰਗਲ ਹੁੰਦਾ ਤਾਂ ਐਸੀ ਹਾਲਤ ਦੇ ਵਿੱਚ ਮੰਗਲ ਦੋਸ਼ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ। ਪਰ ਜਦੋਂ ਵੀ ਇੱਕ ਕੰਨਿਆ ਦਾ ਵਿਆਹ ਕਰਨਾ ਤਾਂ ਉਹਦੇ ਮਾਂ ਬਾਪ ਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ। ਸਾਡੇ ਧਰਮ ਦੇ ਸ਼ਾਸਤਰਾਂ ਦੇ ਮੁਤਾਬਿਕ ਵਰਤ, ਅਨੁਸ਼ਠਾਨ, ਜਪ, ਸੋ ਇਹ ਬਹੁਤ ਸਾਰੀਆਂ ਵਿਧੀਆਂ ਹੈਗੀਆਂ ਦਾਨ ਦੀਆਂ, ਮੰਤਰਾਂ ਦੀਆਂ, ਜਿਹਦੇ ਨਾਲ ਮੰਗਲ ਦੋਸ਼ ਨੂੰ ਸ਼ਾਂਤ ਕਰਨ ਦੇ ਉਪਾਅ ਦੱਸੇ ਜਾਂਦੇ ਹਨ। ਸੋ ਮੰਗਲ ਦੋਸ਼ ਦੇ ਲਈ ਅਸੀਂ ਬਹੁਤ ਸਾਰੇ ਉਪਾਅ ਸਾਡੇ ਪਹਿਲੇ ਐਪੀਸੋਡਸ ਦੇ ਵਿੱਚ ਦੱਸ ਚੁੱਕੇ ਹਾਂ ਕਿ ਜਦੋਂ ਵੀ ਮੰਗਲ ਦੋਸ਼ ਹੁੰਦਾ ਤਾਂ ਕਿਹੜੇ ਕਿਹੜੇ ਉਪਾਅ ਕਰਕੇ ਮੰਗਲ ਦੋਸ਼ ਨੂੰ ਤੁਸੀਂ ਠੀਕ ਕਰ ਸਕਦੇ ਹੋ। ਸੋ ਜੇ ਇਹ ਸਾਰੇ ਤੁਸੀਂ ਦੇਖਣੇ ਚਾਹੁੰਦੇ ਹੋ ਤਾਂ ਸਾਡਾ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ, ਸੇਮ ਨਾਮ ਤੋਂ ਫੇਸਬੁੱਕ ਪੇਜ, ਉਹਨੂੰ ਤੁਸੀਂ ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਲਹਾਲ ਦੱਸਿਓ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਕੁ ਜ਼ਿਆਦਾ ਲਾਭਦਾਇਕ ਹੈ, ਇਸ ਬਾਰੇ ਸਾਨੂੰ ਜ਼ਰੂਰ ਦੱਸਿਓ ਸਾਡੇ ਵਟਸਐਪ ਨੰਬਰ 'ਤੇ 9876220533। ਜੇ ਤੁਸੀਂ ਹਜੇ ਤੱਕ ਨਹੀਂ ਇਸ 'ਤੇ ਜੁੜੇ ਤਾਂ ਜ਼ਰੂਰ ਜੁੜ ਜਾਓ ਤਾਂ ਕਿ ਤੁਹਾਨੂੰ ਅਸੀਂ ਅਪਡੇਟ ਜਿਹੜੀਆਂ ਸਾਡੀਆਂ ਸਾਰੀਆਂ ਹੀ ਭੇਜਦੇ ਰਹੀਏ। ਸਾਡੇ ਬਹੁਤ ਸਾਰੇ ਸੋਸ਼ਲ ਕੰਮ ਵੀ ਹੁੰਦੇ ਆ, ਇਨਵਾਇਰਮੈਂਟਲ ਕੰਮ ਵੀ ਹੁੰਦੇ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਦੋਸਤ ਸਾਡੇ ਨਾਲ ਸ਼ਾਮਿਲ ਹੋ ਕੇ ਜਿੰਨੇ ਵੀ ਸਮਾਜ ਭਲਾਈ ਦੇ ਜਾਂ ਵਾਤਾਵਰਨ ਭਲਾਈ ਦੇ ਜਾਂ ਪਲਾਂਟੇਸ਼ਨ ਦੇ ਕੰਮ, ਆਪਾਂ ਸਾਰੇ ਜਣੇ ਮਿਲ ਜੁਲ ਕੇ ਕੰਮ ਕਰੀਏ ਤਾਂ ਕਿ ਧਰਤੀ ਨੂੰ ਵਧੀਆ ਬਣਾਈਏ, ਸਮਾਜ ਨੂੰ ਵਧੀਆ ਬਣਾਈਏ। ਸੋ ਦੋਸਤੋ, ਜੇ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਤਾਂ ਆਪਣੇ ਸਾਰੇ ਮਿੱਤਰਾਂ ਨਾਲ, ਸਾਰੇ ਰਿਸ਼ਤੇਦਾਰਾਂ ਨਾਲ ਇਹਨੂੰ ਸਾਂਝਾ ਜ਼ਰੂਰ ਕਰ ਦਿਓ, ਲਿੰਕ ਅੱਗੇ ਫੋਰਵਰਡ ਕਰ ਦਿਓ। ਅਤੇ ਸਕਰੀਨ 'ਤੇ ਸਾਡੇ ਨੰਬਰਸ ਹੈ, ਮਿਲਣਾ ਹੋਵੇ ਤਾਂ ਟਾਈਮ ਲੈ ਕੇ ਨਾਮ ਨੋਟ ਕਰਾ ਕੇ ਆ ਕੇ ਮਿਲ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਲੈ ਸਕਦੇ ਹੋ। ਜਦੋਂ ਵੀ ਤੁਸੀਂ ਸਾਡੇ ਕੋਲ ਆਉਂਦੇ ਹੋ ਤਾਂ ਅੱਜ ਕੱਲ੍ਹ ਅਸੀਂ ਤੁਹਾਨੂੰ ਵਿਸ਼ੇਸ਼ ਪਲਾਂਟ ਗਿਫਟ ਕਰਦੇ ਹਾਂ। ਦੇਖੋ, ਪਲਾਂਟ ਹੈ, ਇਹ ਸਾਡਾ ਆਪਣਾ ਗਰੋ ਕੀਤਾ ਹੋਇਆ, ਬੜੀ ਮਿਹਨਤ ਨਾਲ ਅਸੀਂ ਗਰੋ ਕਰਦੇ ਹਾਂ। 700 ਤੋਂ ਜ਼ਿਆਦਾ ਪਲਾਂਟ ਸਾਡੇ ਕੋਲ ਇਸ ਵੇਲੇ ਗਰੋ ਕੀਤੇ ਹੋਏ ਆ, ਜਿਹੜੇ ਤੁਹਾਨੂੰ ਦੇਣ ਲਈ ਅਸੀਂ ਰੱਖਿਆ। ਬਸ ਬਰਸਾਤਾਂ 'ਚ ਲਾ ਲਓ, ਤੁਸੀਂ ਨਾ ਉਹਨਾਂ ਪਿੱਛੇ ਹਟਾਓ। ਇੱਕ ਵਿਸ਼ੇਸ਼ ਹਵਨ ਸਮੱਗਰੀ, ਇੱਕ ਵਿਸ਼ੇਸ਼ ਧੂਫ ਅਤੇ ਇੱਕ ਸਾਡੀ ਐਂਟੀ ਏਜਿੰਗ ਕਰੀਮ ਇੱਕ ਬਿਲਕੁਲ ਗਿਫਟ ਕਰਦੇ ਹਾਂ ਜਦੋਂ ਵੀ ਤੁਸੀਂ ਸਾਡੇ ਕੋਲ ਆਉਂਦੇ ਹੋ। ਅਤੇ ਤੁਹਾਨੂੰ ਸਾਰਿਆਂ ਨੂੰ ਹੀ ਇੱਕ ਦੱਸਦੀ ਹੈ ਕਿ ਸਾਡੀ ਇਹ ਸਪੈਸ਼ਲ ਧੂਨੀ ਹੈਗੀ ਹੈ ਇਹ, ਸੋ ਐਨਰਜੀਸ ਨੂੰ ਬਹੁਤ ਵਧੀਆ ਕਰਦੀ ਹੈ। ਜਦੋਂ ਵੀ ਜੰਤਰ ਮੰਤਰ, ਤੰਤਰ, ਭੂਤ ਪ੍ਰੇਤ, ਜਾਦੂ ਟੋਣਾ, ਕੀਤਾ ਕਰਾਇਆ, ਵਾਸਤੂ ਦੋਸ਼, ਨਜ਼ਰ ਦੋਸ਼ ਜਾਂ ਡਿਪਰੈਸ਼ਨ ਦੀ ਪ੍ਰੋਬਲਮ ਹੈ ਤਾਂ ਧੂਣੀ ਦੇ ਕੇ ਗਾਇਤਰੀ ਮੰਤਰ ਅੱਧਾ ਅੱਧਾ ਘੰਟਾ ਚਲਾਓ, ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ, ਸਾਨੂੰ ਦੱਸਣ ਦੀ ਸ਼ਾਇਦ ਲੋੜ ਨਹੀਂ ਪਏਗੀ।
ਸੋ ਜਾਣ ਤੋਂ ਪਹਿਲਾਂ ਇਹ ਕਹਾਂਗੇ ਸਭ ਤੋਂ ਵੱਡਾ ਦਰਸਾ ਮਾਂ ਦਾ, ਜਦੋਂ ਵੀ ਕਰਾਉਣ ਜਾਂਦੇ ਹੋ ਮਾਂ ਦੇ ਚਰਨ ਚੁੱਕੇ ਰਹੀਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਰਹੀਓ, ਗੁਰੂ ਜਨਾਂ ਦੇ ਦੱਸੇ ਰਸਤੇ ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੂੰ ਕੁੱਖਾਂ 'ਚ ਤਾਂ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ ਅਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।